Hello everyone, I hope you all are doing great. Welcome to IELTS Ghost. I'm your IELTS trainer Manveet Kaur, and today in this particular video we are going to talk about IELTS speaking. So most of the students di a complain rehndi hai ya sab to vaddi ohna de mann ch you know dukh hi hai ki ohna to cue card nahi prepare hunda, cue card waste ideas nahi aunde, jadon ki basic funda hi cue card da eh hai ki tusi apne ideas nu develop karna hai. ਕਿਊ ਕਾਰਡ ਦੇ ਵਿੱਚ ਜੋ ਚੀਜ਼ਾਂ ਤੁਸੀਂ ਦੱਸ ਰਹੇ ਹੋ ਉਹਨੂੰ ਐਕਸਪਲੇਨ ਕਰਨਾ ਤੁਸੀਂ, ਰਾਈਟ? ਇਹ ਚੀਜ਼ ਆ, ਬਟ ਇਹੀ ਚੀਜ਼ ਸਟੂਡੈਂਟਸ ਤੋਂ ਹੁੰਦੀ ਨਹੀਂ ਆ. ਇਸ ਪਰਟੀਕੂਲਰ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿਵੇਂ ਤੁਸੀਂ ਆਪਣੇ ਆਈਡੀਆਜ਼ ਨੂੰ ਡਿਵੈਲਪ ਕਰ ਸਕਦੇ ਹੋ. ਮੈਂ ਤੁਹਾਨੂੰ ਕੁਝ ਟੈਕਨੀਕਸ ਇੱਦਾਂ ਦੀਆਂ ਦੱਸੂਗੀ ਅਤੇ ਉਹਨਾਂ ਨੂੰ ਨਾਲ ਨਾਲ ਆਪਾਂ ਅਪਲਾਈ ਵੀ ਕਰਕੇ ਦੇਖਾਂਗੇ ਕਿ ਕਿਵੇਂ ਤੁਸੀਂ ਅਲੱਗ ਅਲੱਗ ਟੋਪਿਕਸ 'ਤੇ ਕਿਵੇਂ ਉਹਨਾਂ ਟੈਕਨੀਕਸ ਨੂੰ ਅਪਲਾਈ ਕਰ ਸਕਦੇ ਹੋ, ਸੋ ਦੈਟ ਤੁਸੀਂ ਇੱਕ ਬਹੁਤ ਅੱਛਾ ਓਵਰਆਲ 360 ਡਿਗਰੀ ਲੈਵਲ ਦਾ ਆਨਸਰ ਐਗਜ਼ਾਮਿਨਰ ਨੂੰ ਦੇ ਸਕੋ ਔਰ ਉਹ ਤੁਹਾਡੀ ਲੈਂਗੁਏਜ 'ਚ ਵੇਰੀਏਸ਼ਨ ਦੇਖ ਸਕੇ, ਰਾਈਟ? ਸੋ ਕੁਛ ਇੱਦਾਂ ਦੀਆਂ ਗੱਲਾਂ ਆਪਾਂ ਇਸ ਵੀਡੀਓ 'ਚ ਕਰਾਂਗੇ. ਇਫ ਯੂ ਆਰ ਇੰਟਰਸਟਿਡ ਇਨ ਦਿਸ ਵੀਡੀਓ, ਇਫ ਯੂ ਥਿੰਕ ਦਿਸ ਵੀਡੀਓ ਵਿਲ ਬੀ ਹੈਲਪਫੁਲ ਫੋਰ ਯੂ, ਸੋ ਮੇਕ ਸ਼ੋਰ ਵਾਚ ਦ ਵੀਡੀਓ ਟਿਲ ਦ ਐਂਡ ਐਂਡ ਡੂ ਸਬਸਕ੍ਰਾਈਬ ਦ ਚੈਨਲ ਐਂਡ ਡੂ ਕਮੈਂਟ ਬਿਲੋ ਕਿ ਤੁਹਾਨੂੰ ਕਿੱਦਾਂ ਦੀਆਂ ਲੱਗ ਰਹੀਆਂ ਨੇ ਵੀਡੀਓਜ਼. ਨਾਓ ਲੈਟਸ ਗੈਟ ਸਟਾਰਟਡ. ਸੋ ਫਸਟ ਆਫ ਆਲ ਜਿਹੜੀ ਸਭ ਤੋਂ ਪਹਿਲੀ ਗੱਲ ਮੈਂ ਕਰਨਾ ਚਾਹੂੰਗੀ ਉਹ ਇਹ ਆ, ਤੁਸੀਂ ਇਹਨੂੰ ਟੈਕਨੀਕ ਸਮਝ ਸਕਦੇ ਹੋ ਜਾਂ ਇੱਕ ਮੇਰਾ ਬੇਸਿਕ ਜਿਹਾ ਤੁਹਾਨੂੰ ਆਈਡੀਆ ਆ ਕਿ ਤੁਸੀਂ ਹਮੇਸ਼ਾ ਜਦੋਂ ਵੀ ਤੁਹਾਨੂੰ ਕੋਈ ਕਿਊ ਕਾਰਡ ਮਿਲਦਾ ਆ ਕਿਸੇ ਵੀ ਚੀਜ਼ ਰਿਲੇਟਡ ਹੋਵੇ, ਮੇਡ ਬੀ ਫੋਰ ਦ ਇਨਵਾਇਰਮੈਂਟ, ਮੇਡ ਬੀ ਫੋਰ ਦ ਪੋਲੀਟੀਸ਼ੀਅਨਸ, ਯੂ ਨਾ ਪੋਲੀਟੀਕਲ ਸਿਸਟਮ, ਕੋਈ ਕਰੀਅਰ ਰਿਲੇਟਡ ਹੋਵੇ, ਕੁਛ ਵੀ ਕਿਸੇ ਵੀ ਤਰੀਕੇ ਦਾ, ਟੈਕਨੋਲੋਜੀ ਰਿਲੇਟਡ ਹੋਵੇ ਤੁਹਾਨੂੰ ਕਿਊ ਕਾਰਡ, ਕਿਸੇ ਵੀ ਤਰੀਕੇ ਦਾ ਤੁਹਾਨੂੰ ਕਿਊ ਕਾਰਡ ਆਵੇ, ਮੇਕ ਸ਼ੋਰ ਉਹਦਾ ਪਾਸਟ, ਪ੍ਰੈਜੈਂਟ ਅਤੇ ਫਿਊਚਰ ਤਿੰਨਾਂ ਨੂੰ ਕੱਟ ਡਾਊਨ ਕਰਨ ਦੀ ਕੋਸ਼ਿਸ਼ ਕਰੋ ਆਪਣੇ ਮਾਇੰਡ 'ਚ. ਜਦੋਂ ਵੀ ਤੁਹਾਨੂੰ ਕਿਊ ਕਾਰਡ ਮਿਲਦਾ ਆ ਉਹਦਾ ਪਾਸਟ ਸੋਚੋ, ਉਹਦਾ ਪ੍ਰੈਜੈਂਟ ਸੋਚੋ ਔਰ ਉਹਦਾ ਫਿਊਚਰ ਸੋਚੋ, ਰਾਈਟ? ਇਹ ਚੀਜ਼ ਕੀ ਕਰੂਗੀ, ਤੁਹਾਨੂੰ ਆਈਡੀਆਜ਼ ਦਊਗੀ. ਤੁਹਾਨੂੰ ਤੁਸੀਂ ਆਪਣੇ ਮਟੀਰੀਅਲ 'ਚੋਂ ਰਨ ਆਊਟ ਨਹੀਂ ਕਰੋਗੇ ਕਦੇ ਵੀ, ਆਪਣੇ ਆਈਡੀਆਜ਼ ਤੁਹਾਨੂੰ ਘਟਣਗੇ ਨਹੀਂ ਤੁਹਾਡੇ ਬੋਲਣ ਵਾਸਤੇ. ਸੋ ਇਹ ਚੀਜ਼ ਤੁਹਾਨੂੰ ਬਹੁਤ ਹੈਲਪ ਕਰ ਸਕਦੀ ਆ. ਮੇਕ ਸ਼ੋਰ ਇਸ ਚੀਜ਼ ਦੀ ਪ੍ਰੈਕਟਿਸ ਕਰੋ. ਨੈਕਸਟ ਐਂਡ ਵੈਰੀ ਇੰਪੋਰਟੈਂਟ ਚੀਜ਼, ਇੱਕ ਮੇਜਰ ਮਿਸਟੇਕ ਆ ਜਿਹੜੀ ਉਹ ਹਰ ਸਟੂਡੈਂਟ ਕਰ ਰਿਹਾ, ਉਹ ਇਹ ਆ ਦ ਯੂਜ਼ ਆਫ ਐਂਡ. ਬਹੁਤ ਜ਼ਿਆਦਾ ਐਂਡ 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 ਐਂਡ, ਮਤਲਬ ਹਰ ਲਾਈਨ ਦੇ ਬਾਅਦ ਸਟੂਡੈਂਟਸ ਐਂਡ ਯੂਜ਼ ਕਰਦੇ ਔਰ ਉਹ ਜਾਣ ਬੁੱਝ ਕੇ ਨਹੀਂ ਕਰਦੇ, ਕੁਛ ਕੌਨਸ਼ੀਅਸਲੀ ਨਹੀਂ ਕਰਦੇ, ਆਈ ਨੋ ਦੈਟ, ਬਟ ਅਲਟੀਮੇਟਲੀ ਉਹ ਚੀਜ਼ ਬਹੁਤ ਬੈਡ ਇਫੈਕਟ ਕਰ ਰਹੀ ਆ ਤੁਹਾਡੀ ਪਰਫੋਰਮੈਂਸ 'ਤੇ. ਸੋ ਪਲੀਜ਼ ਅਵੋਇਡ ਦੀਸ ਕਾਇੰਡ ਆਫ ਮਿਸਟੇਕਸ. ਐਂਡ ਯੂਜ਼ ਨਹੀਂ ਕਰਨਾ, ਪ੍ਰੋਪਰ ਫੁੱਲ ਸਟੋਪ ਵਾਂਗ ਰੁਕੋ, ਉੱਥੇ ਪ੍ਰੋਪਰ ਸਪੇਸ ਦਿਓ ਜਿੱਥੇ ਤੁਹਾਡਾ ਆਈਡੀਆ ਖਤਮ ਹੁੰਦਾ ਆ. ਅੱਗੇ ਕੋਈ ਕਨੈਕਟਰ ਲਗਾ ਸਕਦੇ ਹੋ, ਰਾਈਟ? ਉਹਦੇ ਨਾਲ ਫਿਰ ਤੁਸੀਂ ਨੈਕਸਟ ਸੈਂਟੈਂਸ ਸਟਾਰਟ ਕਰੋ. ਸੋ ਪਲੀਜ਼ ਵਰਕਆਊਟ ਔਨ ਦੀ ਸਮਾਲ ਥਿੰਗਸ, ਦਿਸ ਵਿਲ ਐਕਚੁਲੀ ਇਨਕਰੀਜ਼ ਯੂਰ ਬੈਂਡ ਸਕੋਰ. ਸੋ ਨਾਓ ਲੈਟਸ ਟੋਕ ਅਬਾਊਟ ਆਰ ਟੂਡੇਜ਼ ਟੈਕਨੀਕਸ ਜਿਹੜੀਆਂ ਆਪਾਂ ਡਿਸਕਸ ਕਰਨੀਆਂ ਨੇ. ਉਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਇੱਕ ਕੁਐਸਚਨ ਲੈ ਲੈਂਦੇ ਹਾਂ. Describe a piece of modern technology that you bought recently. You should say what it is, when you bought it, what you use it for, how long you have owned it, and explain why it is important for you. So ਹੁਣ ਗੱਲ ਕਰਦੇ ਹਾਂ ਫਸਟ ਟੈਕਨੀਕ ਦੀ. ਸੋ ਵੈਰੀ ਫਸਟ ਥਿੰਗ, ਜਦੋਂ ਤੁਸੀਂ ਸਟਾਰਟ ਕਰਨਾ ਕਿਊ ਕਾਰਡ ਨੂੰ, ਜਦੋਂ ਤੁਸੀਂ ਸਟਾਰਟ ਕਰਨਾ ਤਾਂ ਤੁਸੀਂ ਮੇ ਬੀ ਇੱਦਾਂ ਸਟਾਰਟ ਕਰੋਗੇ, a piece of modern technology that I bought recently is a laptop and I bought it few weeks back
and I use it for the office purpose. So this is the major mistake, you know, using and again and again. ਇਸ ਤਰੀਕੇ ਨਾਲ ਮੈਂ ਕਹਿ ਰਹੀ ਸੀ ਕਿ ਇਹ ਜਿਹੜਾ ਐਂਡ ਆ ਇਹਨੂੰ ਤੁਸੀਂ ਅਵੋਇਡ ਕਰਨਾ ਕਿਸੇ ਵੀ ਹਾਲਤ 'ਚ, ਐਂਡ ਤੁਸੀਂ ਇਹਨੂੰ ਸਟਾਰਟ ਬੈਟਰ ਤਰੀਕੇ ਨਾਲ ਕਿਵੇਂ ਕਰ ਸਕਦੇ ਹੋ, ਲੈਟਸ ਸੀ। ਸੋ ਇਹਦੇ ਲਈ ਤੁਸੀਂ ਕੀ ਕਰ ਸਕਦੇ ਹੋ, ਜਿਹੜਾ ਤੁਸੀਂ ਟਾਈਮ ਬੋਲਣਾ ਹੈ, ਟਾਈਮ ਨਾਲ ਤੁਸੀਂ ਸਟਾਰਟਿੰਗ ਕਰ ਸਕਦੇ ਹੋ। 6 months back I bought a laptop, ਇੱਥੋਂ ਸਟਾਰਟ ਤੁਸੀਂ ਕਰ ਸਕਦੇ ਹੋ। ਅੱਗੇ ਤੁਸੀਂ ਜੋ ਵੀ ਆਪਣਾ ਕੰਟੈਂਟ ਬਣਾਉਣਾ ਉਹ ਬਣਾ ਸਕਦੇ ਹੋ। ਯੂ ਕੈਨ ਆਲਸੋ ਟੈਲ ਦ ਬੈਕ ਸਟੋਰੀ ਆਫ ਪਰਟੀਕੁਲਰ ਥਿੰਗ। ਜਿਵੇਂ ਹੁਣ ਇਸ ਕੇਸ ਦੇ ਵਿੱਚ ਆਪਾਂ ਲੈਪਟੋਪ ਦੀ ਗੱਲ ਕਰ ਰਹੇ ਹਾਂ ਕਿ ਹੁਣ ਮੈਂ ਇਹ ਲੈਪਟੋਪ ਲਿਆ, ਬਟ ਇਸ ਤੋਂ ਪਹਿਲਾਂ ਇਸ ਦੀ ਬੈਕ ਸਟੋਰੀ ਕੀ ਆ, ਵਾਈ ਆਈ ਬੋਟ ਇਟ। ਉਹ ਵਾਈ ਦਾ ਆਂਸਰ ਆ ਜਿਹੜਾ ਉਹ ਤੁਹਾਡੀ ਬੈਕ ਸਟੋਰੀ ਹੋ ਜਾਏਗੀ, ਤੁਸੀਂ ਕਿਉਂ ਲਿਆ ਇਹ। ਹੋ ਸਕਦਾ ਤੁਹਾਡਾ ਪੁਰਾਣਾ ਲੈਪਟੋਪ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀਗਾ, ਸਲੋ ਹੋ ਗਿਆ ਸੀਗਾ, ਦੈਟਸ ਵਾਈ ਯੂ ਬੋਟ ਅ ਨਿਊ ਲੈਪਟੋਪ। ਸੋ ਉਹਦੀ ਬੈਕ ਸਟੋਰੀ ਕੀ ਆ, ਇਸ ਕੇਸ ਦੇ ਵਿੱਚ ਇਸ ਤਰ੍ਹਾਂ ਬੈਕ ਸਟੋਰੀ ਬਣ ਜਾਏਗੀ। ਬਟ ਹੋਰ ਕੋਈ ਕੇਸ ਆ, ਫੋਰ ਐਗਜ਼ਾਮਪਲ ਕੋਈ ਯੂ ਨੋ ਕੋਈ ਪਾਰਟੀ ਦਾ ਕੇਸ ਆ ਕਿ ਡਿਸਕ੍ਰਾਈਬ ਅ ਟਾਈਮ ਵੈਨ ਯੂ ਵੈਂਟ ਟੂ ਅ ਪਾਰਟੀ, ਰਾਈਟ, ਇੱਦਾਂ ਦਾ ਕੁਛ ਵੀ ਜੇ ਕੋਈ ਆ ਗਿਆ ਤਾਂ ਉਹਦੀ ਬੈਕ ਸਟੋਰੀ ਕੀ ਹੋਏਗੀ। ਯੂਅਰ ਫਰੈਂਡਸ ਮੇ ਫੋਰਸਡ ਯੂ ਟੂ ਗੋ ਟੂ ਦ ਪਾਰਟੀ, ਇਟ ਵਾਜ ਦ ਪਾਰਟੀ ਆਫ ਯੂਅਰ ਕਲਾਸਮੇਟ ਐਂਡ ਯੂ ਵਰੰਟ ਵੈਰੀ ਮੱਚ ਇੰਟਰਸਟਡ ਇਨ ਗੋਇੰਗ ਟੂ ਦ ਪਾਰਟੀ। ਪੂਰੀ ਬੈਕ ਸਟੋਰੀ ਕੀ ਸੀਗਾ ਉੱਥੇ, ਕੀ ਸੈਟਿੰਗ ਸੀਗੀ ਉਸ ਟਾਈਮ 'ਤੇ, ਉਹ ਚੀਜ਼ ਤੁਸੀਂ ਡਿਸਕ੍ਰਾਈਬ ਕਰ ਸਕਦੇ ਹੋ, ਉਹ ਚੀਜ਼ ਤੁਸੀਂ ਸੋਚ ਸਕਦੇ ਹੋ, ਉਸ ਚੀਜ਼ 'ਤੇ ਤੁਸੀਂ ਆਈਡੀਆਜ਼ ਕ੍ਰੀਏਟ ਕਰ ਸਕਦੇ ਹੋ। ਸੋ ਲੈਟਸ ਸੀ ਇਨ ਦਿਸ ਪਰਟੀਕੁਲਰ ਕੇਸ ਆਪਾਂ ਕਿਵੇਂ ਬਹੁਤ ਹੀ ਵਧੀਆ ਤਰੀਕੇ ਨਾਲ ਇੱਕ ਬੈਕ ਸਟੋਰੀ ਕ੍ਰੀਏਟ ਕਰਦੇ ਹਾਂ ਐਂਡ ਉਹਨੂੰ ਸਟਾਰਟ ਕਰਦੇ ਹਾਂ ਵਿਦ ਟਾਈਮਿੰਗ, ਰਾਈਟ। ਸੋ ਲੈਟਸ ਸੀ। 6 months back, I acquired a sleek and powerful laptop that has become an integral part of both my professional and personal life. Before this laptop, I owned HP laptop. As the years passed, my old laptop struggled to keep up with the evolving demands of technology. It faced slowdowns and occasional crashes. So I decided to replace my laptop with a new one. So that's how you can introduce your cue card. So is to agge tusi particular cheez de past de vich ja sakde ho ki us time jadon tusi purana laptop use kar rahe si us time tusi kive time manage kita, ki kuch problems tusi face kitiyan, unna cheezan bare tusi gal kar sakde ho. So hor kise cue card de vich vi tusi same cheez, hun jehdiyan vi main techniques dass rahi ha, eh zaruri nahi hoga ki har cue card te applicable honngiyan. According to the situation, ਤੁਸੀਂ ਦੇਖਣਾ ਹੈ ਕਿ ਕਿਹੜੀਆਂ ਇੱਦਾਂ ਦੀਆਂ ਟੈਕਨੀਕਸ ਨੇ ਜਿਹੜੀਆਂ ਮੈਂ ਇੱਥੇ ਅਪਲਾਈ ਕਰ ਸਕਦਾ, ਰਾਈਟ। ਸੋ ਇਫ ਯੂ ਟੋਕ ਅਬਾਊਟ ਦ ਪਾਸਟ ਇੰਸੀਡੈਂਟਸ, ਕੋਈ ਵੀ ਸਟੋਰੀ ਕ੍ਰੀਏਸ਼ਨ ਤੁਸੀਂ ਉਸ ਚੀਜ਼ ਦੀ ਕਰਨੀ ਆ। ਸੋ ਲੈਟਸ ਸੀ ਆਪਾਂ ਲੈਪਟੋਪ ਦੇ ਕੇਸ ਦੇ ਵਿੱਚ ਸਟੋਰੀ ਕਿਵੇਂ ਕ੍ਰੀਏਟ ਕਰ ਸਕਦੇ ਹਾਂ। ਇਨ ਪਾਸਟ ਆਈ ਯੂਜ ਟੂ ਸਟਰਗਲ ਇਨ ਸਫੀਸ਼ੈਂਟ ਰੈਮ, ਸਲੋ ਪ੍ਰੋਸੈਸਿੰਗ ਸਪੀਡਸ and an outdated display which hindered my ability to multitask and enjoy modern applications. I used to be full of frustration at that time. Obviously, jo tusi gal karni hai past di, then you can use past tense with you. And is to ilawa tusi used to naal gal kar sakde ho, used to word laga ke tusi past experiences bare gal kar sakde ho. Bahut hi ek acha ਵੇ ਆ ਜਿਹਦੇ ਨਾਲ ਤੁਸੀਂ ਗ੍ਰਾਮਰ 'ਚ ਕਨਫਿਊਜ਼ ਵੀ ਘੱਟ ਹੋਵੋਗੇ ਅਤੇ ਇਹ ਵਰਡ ਬਹੁਤ ਐਕੂਰੇਟ ਆ, ਤੁਸੀਂ ਬਹੁਤ ਈਜ਼ੀਲੀ ਇਹਨੂੰ ਯੂਜ਼ ਕਰ ਸਕਦੇ ਹੋ। ਨੈਕਸਟ ਯੂ ਕੈਨ ਟੋਕ ਅਬਾਊਟ ਦ ਗਲੋਬਲ ਵਿਊ ਪੁਆਇੰਟ ਫੋਰ ਐਨੀ ਪਰਟੀਕੁਲਰ ਥਿੰਗ, ਕੋਈ ਵੀ ਸਿਚੁਏਸ਼ਨ ਤੁਹਾਨੂੰ ਗਿਵਨ ਆ,
ਉਹਦਾ ਤੁਸੀਂ ਗਲੋਬਲ ਵਿਊ ਪੁਆਇੰਟ ਦੇ ਸਕਦੇ ਹੋ ਆਪਣੇ ਕਿਊ ਕਾਰਡ ਦੇ ਵਿੱਚ। ਫੋਰ ਐਗਜ਼ਾਮਪਲ, ਲੈਪਟੋਪ ਦੀ ਹੀ ਐਗਜ਼ਾਮਪਲ ਲੈਂਦੇ ਹਾਂ ਆਪਾਂ। ਲੈਪਟੋਪ ਵਾਸਤੇ ਤੁਹਾਡਾ ਵਿਊ ਪੁਆਇੰਟ ਕੀ ਆ ਉਸ ਚੀਜ਼ ਬਾਰੇ ਗੱਲ ਕਰੋ, ਵਰਲਡ ਦਾ ਵਿਊ ਪੁਆਇੰਟ ਕੀ ਆ ਉਸ ਚੀਜ਼ ਬਾਰੇ ਵੀ ਤੁਸੀਂ ਗੱਲ ਕਰ ਸਕਦੇ ਹੋ। ਗਲੋਬਲੀ ਲੋਕ ਕੀ ਸੋਚਦੇ ਨੇ, ਉਹਨਾਂ ਦਾ ਓਪੀਨੀਅਨ ਕੀ ਆ, ਥੋੜ੍ਹਾ ਜਿਹਾ ਤੁਸੀਂ ਇਸ ਚੀਜ਼ 'ਤੇ ਵੀ ਗੱਲਬਾਤ ਕਰ ਸਕਦੇ ਹੋ। ਸੋ ਯੂ ਕੈਨ ਜਸਟ ਸੇ ਆਈ ਡੋਂਟ ਨੋ ਦ ਗਲੋਬਲ ਵਿਊ ਪੁਆਇੰਟ ਫੋਰ ਦਿਸ ਲੈਪਟੋਪ, ਬਟ ਆਈ ਸੋ ਸਮ ਆਫ ਦ ਰਿਵਿਊਜ਼ ਔਨ amazon.com ਦੈਟ ਹਾਈਲੀ ਮੋਟੀਵੇਟਡ ਮੀ ਟੂ ਪਰਚੇਸ ਦਿਸ ਲੈਪਟੋਪ। ਐਂਡ ਇਨ ਦ ਐਂਡ ਯੂ ਕੈਨ ਜਸਟ ਗਿਵ ਸਮ ਕੰਕਲੂਜਨ ਪਾਰਟ, ਐਂਡ ਜੋ ਵੀ ਤੁਸੀਂ ਬੋਲਿਆ ਉਹਦੀ ਕੀ ਇੰਪੋਰਟੈਂਸ ਆ ਉਹ ਚੀਜ਼ ਡਿਨੋਟ ਕਰਾਉਣ ਵਾਸਤੇ ਤੁਹਾਨੂੰ ਲਿਟਲ ਬਿਟ, ਤੁਸੀਂ ਦੋ ਚਾਰ ਲਾਈਨਸ ਉਸ ਚੀਜ਼ ਬਾਰੇ ਵੀ ਬੋਲ ਸਕਦੇ ਹੋ। ਆਈ ਨੋ ਦੈਟ ਦੇਰ ਇਜ਼ ਰੇਂਜ ਆਫ ਅਦਰ ਲੈਪਟੋਪਸ ਅਵੇਲੇਬਲ ਇਨ ਦ ਮਾਰਕੀਟ ਵਿਚ ਆਰ ਪਰਫੋਰਮਿੰਗ ਮੱਚ ਬੈਟਰ। ਆਈ ਬਿਲੀਵ ਦੈਟ ਲੈਪਟੋਪ ਇਨ ਦਿਸ ਪਰਟੀਕੁਲਰ ਪ੍ਰਾਈਸ ਸੈਗਮੈਂਟ ਐਂਡ ਪਰਫੋਰਮੈਂਸ, ਦਿਸ ਲੈਪਟੋਪ ਇਜ਼ ਵਰਥ ਪਰਚੇਸਿੰਗ। ਸੋ ਦੀਸ ਵਰ ਸਮ ਆਫ ਦ ਟੈਕਨੀਕਸ ਜੋ ਤੁਹਾਨੂੰ ਬਹੁਤ ਹੈਲਪ ਕਰਨਗੀਆਂ ਤੁਹਾਡੇ ਐਗਜ਼ਾਮ ਦੇ ਵਿੱਚ, ਤੁਹਾਡੀ ਸਪੀਕਿੰਗ ਨੂੰ ਇੰਪਰੂਵ ਕਰਨ ਦੇ ਵਿੱਚ। ਬਟ ਇਹ ਚੀਜ਼ ਵੀ ਉਦੋਂ ਹੀ ਪੋਸੀਬਲ ਆ ਜਦੋਂ ਤੁਸੀਂ ਇਸ ਚੀਜ਼ ਦੀ ਬਹੁਤ ਜ਼ਿਆਦਾ ਪ੍ਰੈਕਟਿਸ ਕਰੋਗੇ। ਬਹੁਤ ਪ੍ਰੈਕਟਿਸ ਰਿਕੁਆਇਰਡ ਆ। ਐਜ਼ ਯੂ ਨੋ, ਸਪੀਕਿੰਗ ਇੱਕ ਇੱਦਾਂ ਦਾ ਮੋਡੀਊਲ ਆ ਜੋ ਬਹੁਤ ਨੈਚੁਰਲ ਹੁੰਦਾ ਆ। ਸੋ ਨੈਚੁਰਲ ਚੀਜ਼ ਨੂੰ ਇੰਪਰੂਵ ਕਰਨਾ ਹੋਰ ਵੀ ਜ਼ਿਆਦਾ ਮੁਸ਼ਕਿਲ ਆ, ਕਿਉਂਕਿ ਐਟ ਅ ਟਾਈਮ ਕੋਈ ਚੀਜ਼ ਆਪਾਂ ਬੋਲਣੀ ਆ। ਸੋ ਇਫ ਯੂ ਵਾਂਟ ਟੂ ਪ੍ਰਿਪੇਅਰ ਯੂਅਰ ਆਇਲਸ ਸਪੀਕਿੰਗ, ਦੈਨ ਯੂ ਕੈਨ ਜੁਆਇਨ ਆਰ ਆਇਲਸ ਕਲਾਸਿਸ ਵਿਚ ਆਰ ਕੰਪਲੀਟਲੀ ਲਾਈਵ, ਅਤੇ ਤੁਹਾਨੂੰ ਐਟ ਅ ਟਾਈਮ ਪੂਰੀ ਫੀਡਬੈਕ ਤੁਹਾਡੀ ਸਪੀਕਿੰਗ ਦੇ ਉੱਤੇ ਐਂਡ ਡੇਲੀ ਬੇਸਿਸ 'ਤੇ ਬੇਸਿਕਲੀ ਸਪੀਕਿੰਗ ਸੈਸ਼ਨਸ ਮਿਲਦੇ ਆ। ਉਹ ਤੁਹਾਨੂੰ ਬਹੁਤ ਹੈਲਪ ਕਰਦੇ ਆ ਡੇਲੀ ਪ੍ਰੈਕਟਿਸ ਕਰਨ 'ਤੇ, ਅਤੇ ਡੇਲੀ ਜਦੋਂ ਆਪਾਂ ਨੂੰ ਮਿਸਟੇਕਸ ਪਤਾ ਲੱਗਦੀਆਂ ਨੇ ਆਪਾਂ ਉਹਨਾਂ ਨੂੰ ਰੈਕਟੀਫਾਈ ਕਰਦੇ, ਉਹਨਾਂ 'ਤੇ ਵਰਕਆਊਟ ਕਰਦੇ ਹਾਂ, ਕਿਵੇਂ ਬੋਲਣਾ, ਕਿਸ ਤਰੀਕੇ ਨਾਲ ਬੋਲਣਾ, ਸਾਰਾ ਕੁਛ ਤੁਹਾਨੂੰ ਸੈਸ਼ਨਸ ਦੇ ਵਿੱਚ ਸਿਖਾਇਆ ਜਾਂਦਾ। You can just drop a WhatsApp message on the given number for any query or joining the classes. Yeah, that's it for today's video. Thank you so much for watching.